ਪੰਜਾਬ ਨੇ ਇਹ ਤਸਵੀਰ ਲਗਭਗ 3 ਦਹਾਕੇ ਬਾਅਦ ਦੇਖੀ ਹੈ। ਹੜ੍ਹਾਂ ਦੀ ਸਥਿਤੀ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਹੈ, ਸੰਕਟ ਪੂਰੇ ਪੰਜਾਬ ਦੇ ਉੱਤੇ ਛਾਇਆ ਹੈ। ਅਸੀਂ ਇਸ ਵੇਲੇ ਸ਼ਾਹਕੋਟ ਦੇ ਇਲਾਕੇ ਦਾਨੇਵਾਲ ਦੇ ਵਿੱਚ ਖੜ੍ਹੇ ਹਾਂ, ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਹ ਕੋਈ ਮੈਦਾਨ ਨਹੀਂ ਹੈ, ਇਹ ਘਰ ਆ। ਘਰ ਦੇ ਵਿੱਚ ਪਾਣੀ ਜਿਹੜਾ ਆ ਚੁੱਕਾ ਆ, ਹਾਲਾਂਕਿ ਲਗਭਗ 4-4 ਫੁੱਟ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਇਸ ਘਰ ਦੇ ਵਿੱਚ ਆ ਗਿਆ। ਇਹ ਕਿਸਾਨ ਦਾ ਘਰ ਆ, ਕਿਸਾਨ ਦੇ ਨਾਲ ਘਰ ਦੇ ਨਾਲ ਬਿਲਕੁਲ ਉਹਨਾਂ ਦੀ ਖੇਤੀ ਸੀਗੀ, ਕਰਦੇ ਝੋਨਾ ਲਗਾਇਆ ਸੀ, ਪਰ ਝੋਨਾ ਵੀ ਸਾਰਾ ਡੁੱਬ ਗਿਆ, ਤਬਾਹ ਹੋ ਗਿਆ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕੱਲ੍ਹ ਸਵੇਰ ਤੋਂ ਹੀ ਚੇਤਾਵਨੀ ਦਿੱਤੀ ਗਈ ਸੀ, ਪਰ ਘਰ ਖਾਲੀ ਕਰਨੇ ਬੜੇ ਔਖੇ ਹੁੰਦੇ ਆ, ਕਿਉਂਕਿ ਘਰ ਬਣਾਉਣੇ ਬਹੁਤ ਔਖੇ ਆ, ਅਤੇ ਜੇ ਖਾਲੀ ਕਰਨੇ ਪੈਣ ਤਾਂ ਉਹ ਉਸ ਤੋਂ ਵੀ ਜ਼ਿਆਦਾ ਔਖੇ ਹੋ ਜਾਂਦੇ ਆ। ਸਾਡੇ ਨਾਲ ਕਿਸਾਨ ਹੈਗੇ ਆ ਜਿਨ੍ਹਾਂ ਦਾ ਘਰ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਆ ਬਾਬਾ ਜੀ ਆਪਣਾ? ਇਹ ਆਪਣਾ ਮੱਖਣ ਸਿੰਘ। ਮੱਖਣ ਸਿੰਘ ਜੀ, ਕਦੋਂ ਕਦਾਂ ਪਾਣੀ ਇਹ ਆਇਆ ਇੱਥੇ? ਆਪਣੇ 9 ਵਜੇ ਸਵੇਰੇ ਆਇਆ ਤੜਕੇ 9 ਵਜੇ, ਅਤੇ ਬਾਕੀ ਕੱਲ੍ਹ ਪਰਸੋਂ ਚੱਲਿਆ ਸੀ। 9 ਵਜੇ ਅਸੀਂ ਬੱਚੇ ਬੁੱਚੇ ਕੱਢੇ ਨੇ, ਅਤੇ ਸਾਰਾ ਸਮਾਨ ਸਮੂਨ ਲਸਣ ਲੁਸਣ ਸਾਰਾ ਸਮਾਨ ਹੈਗਾ ਸੀ, ਉਹ ਕੱਢਿਆ, ਅਤੇ ਫਿਰ ਤੜਕੇ ਪਾਣੀ ਇੱਥੇ ਮਾਰ ਕੀਤਾ ਸਾਡੇ ਖੇਤ ਘਰਾਂ ਵਿੱਚ। ਕੱਲ੍ਹ ਸ਼ਾਮ ਫਿਰ ਤੁਹਾਡੀ ਜ਼ਮੀਨ ਕਿੰਨੀ ਸੀਗੀ ਇੱਥੇ ਜਿਹੜੀ ਲਾਗੇ ਲਾਗੇ ਝੋਨਾ ਲਾਇਆ ਸੀ? ਇਹ ਆਪਣੇ 5 ਕਿੱਲੇ ਜ਼ਮੀਨ ਹੈਗੀ ਸੀ, ਸਾਰੀ ਖਰਾਬ ਹੋ ਗਈ। ਹਾਂ, ਸਾਰੀ ਖਰਾਬ, ਫਸਲ ਸਾਰੀ ਖਰਾਬ ਹੋ ਗਈ ਹੈ। ਇਸ ਘਰ ਦੇ ਵਿੱਚ ਕਿੰਨੇ ਜੀ ਰਹਿੰਦੇ ਹੋ? ਇਹ 20-25 ਜੀ ਰਹਿੰਦੇ ਹਾਂ ਅਸੀਂ। ਹੁਣ ਫਿਰ ਸਮਾਨ ਮੈਂ ਤਾਂ ਦੇਖਿਆ ਉੱਪਰ ਛੱਤ 'ਤੇ ਰੱਖਿਆ, ਬਾਹਰ ਰੱਖਿਆ? ਹਾਂ, ਸਾਰਾ ਸਮਾਨ ਉੱਤੇ ਛੱਤ 'ਤੇ ਕੋਈ ਰੱਖਿਆ, ਕੋਈ ਬੰਦ 'ਤੇ ਰੱਖਿਆ। ਕਿੱਦਾਂ ਲੱਗਦਾ ਵੀ ਇੱਕ ਪਾਣੀ ਦਾ ਲੈਵਲ ਵਧੂਗਾ ਜਾਂ ਘਟੂਗਾ ਹੁਣ, ਕੀ ਤੁਹਾਨੂੰ ਸੋਚਣਾ? ਇਹ ਪਾਣੀ ਚੜ੍ਹੀ ਜਾਂਦਾ, ਇਹਦਾ ਕੋਈ ਪਤਾ ਨਹੀਂ ਪਾਣੀ ਕਿੰਨਾ ਕੁ ਚੜ੍ਹੀ ਜਾਏਗਾ। ਹਾਂ, ਅਜੇ ਤਾਂ 5-5 ਫੁੱਟ ਹੋਏ ਪਾਣੀ ਆ ਗਿਆ ਘਰਾਂ ਵਿੱਚ, ਅਜੇ ਕੋਈ ਪਤਾ ਨਹੀਂ ਕਿੰਨਾ ਕੁ ਚੜ੍ਹ ਜਾਏ ਪਾਣੀ। ਤੁਸੀਂ ਵੀ ਇਸੇ ਇਲਾਕੇ ਦੇ ਰਹਿਣ ਵਾਲੇ ਹੋ ਜੀ? ਹਾਂ, ਮੇਰਾ ਘਰ ਆ ਵਾਲਾ। ਅਤੇ ਇਹ ਫਿਰ 1988 ਤੋਂ ਬਾਅਦ ਕਹਿੰਦੇ ਵੀ ਹੁਣ ਮਾਰ ਕੀਤੀ ਆ ਪਾਣੀ ਨੇ ਸਭ ਤੋਂ? ਹਾਂਜੀ, ਜਾਂ ਆਇਆ ਸੀ ਪਹਿਲਾਂ ਆਪਣੇ 90-92 'ਚ ਆਇਆ ਸੀਗਾ ਅਗਰਾਂ, ਉਦੋਂ ਬਾਅਦ 1-2 ਵਾਰੀ ਫਿਰ ਆਇਆ ਸੀਗਾ, ਅਤੇ ਉਦੋਂ ਪਾਣੀ ਉਹਦਾ ਘੱਟ ਆਉਂਦਾ ਸੀ, ਹੁਣ ਪਾਣੀ ਬਹੁਤ ਜ਼ਿਆਦਾ ਹੁਣ ਆਇਆ ਇਸ ਟਾਈਮ। ਹਾਂਜੀ, ਇਦੋਂ ਬਾਅਦ 'ਚ ਆ ਪਾਣੀ ਪਹਿਲੀ ਵਾਰ। ਫਸਲਾਂ ਖਰਾਬ ਹੋ ਗਈਆਂ, ਘਰ ਦਾ ਸਮਾਨ ਵੀ ਕਾਫੀ ਖਰਾਬ ਹੋ ਜਾਂਦਾ, ਕਿਉਂਕਿ ਦਾਣੇ ਦੂਣੇ ਵੀ ਖਰਾਬ ਹੋਏ ਜੀ। ਹਾਂ, ਦਾਣੇ ਦੂਣੇ ਦਾ ਮਸੇ ਕੱਢੇ, ਥੋੜ੍ਹੇ ਬਹੁਤ ਬਚ ਗਏ ਕੋਈ। ਫਿਰ ਆਪ ਹੀ ਹੀਲਾ ਕਰ ਰਹੇ ਹੋ ਕਿ ਜਾਂ ਪ੍ਰਸ਼ਾਸਨ ਦੇ ਰਿਹਾ ਸਾਥ ਦੇ ਰਿਹਾ ਕੰਮ ਕਰਨ? ਨਹੀਂ, ਆਪ ਹੀ ਕਰ ਰਿਹਾ ਜੀ, ਇੱਥੋਂ ਇਲਾਕਾ ਨਿਵਾਸੀ ਹੀ ਸਾਥ ਦੇ ਰਿਹਾ, ਬਸ ਹੋਰ ਨਹੀਂ ਸਾਥ ਦੇ ਰਹੇ ਨੇ ਸਾਰੇ ਇੱਕ ਦੂਸਰੇ ਦਾ, ਵੀ ਵੱਧ ਤੋਂ ਵੱਧ ਸਹਿਯੋਗ ਦਿਓ, ਵੀ ਜਿੰਨਾ ਗਰੀਬ ਘਰ ਵੀ ਉਹਦੀ ਸਹਾਇਤਾ ਹੋ ਸਕੇ ਇਹਨਾਂ ਦੀ। ਹਾਂਜੀ, ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਖਤਰਨਾਕ ਤਸਵੀਰਾਂ ਨੇ, ਕਿਉਂਕਿ ਘਰ ਦਾ ਇੰਨੇ ਘਰ ਦੇ ਵਿੱਚ ਇੰਨਾ ਪਾਣੀ ਆ ਜਾਣਾ ਹੀ ਇੱਕ ਬੜੀ ਵੱਡੀ ਗੱਲ ਆ। ਕਮਰੇ ਪੂਰੇ ਡੁੱਬ ਚੁੱਕੇ ਆ, ਇਹਨਾਂ ਨੇ ਆਪਣਾ ਸਮਾਨ ਛੱਤਾਂ ਦੇ ਉੱਪਰ ਰੱਖਿਆ, ਕੁਝ ਗਲੀ ਦੇ ਵਿੱਚ ਰੱਖਿਆ। ਘਰ ਬਣਾਉਣੇ ਬਹੁਤ ਔਖੇ ਨੇ, ਪਰ ਜਦੋਂ ਅਜਿਹੀ ਸਥਿਤੀ ਬਣ ਜਾਂਦੀ ਆ, ਕੁਦਰਤ ਦੀ ਮਾਰ ਪੈਂਦੀ ਆ, ਤਾਂ ਫਿਰ ਕਿਤੇ ਵੀ ਕਿਤੇ ਜਿਹੜੀ ਮਾਰ ਜਿਹੜੀ ਪੈਣ ਤੋਂ ਬਾਅਦ ਬੰਦਾ ਖਿਲਾਉਣਾ ਬੜਾ ਔਖਾ ਹੋ ਜਾਂਦਾ। ਜ਼ਮੀਨ 5 ਕਿੱਲੇ ਇਸ ਕਿਸਾਨ ਦੀ ਆ, ਪੂਰੀ ਦੀ ਪੂਰੀ ਉਹ ਵੀ ਡੁੱਬ ਚੁੱਕੀ ਆ, ਝੋਨਾ ਜਿਹੜਾ ਪਾਣੀ ਉੱਪਰੋਂ ਦੀ ਲੰਘ ਚੁੱਕਾ, ਤਾਂ ਹੁਣ ਉਸ ਨੂੰ ਵੀ ਬਚਾਉਣਾ ਬੜੀ ਮੁਸ਼ਕਲ ਦੀ ਗੱਲ ਹੈ। ਸੋ ਦੇਖਦੇ ਹਾਂ ਕਿ ਇਸ ਕੁਦਰਤ ਦੀ ਮਾਰ ਤੋਂ ਕਿਸ ਤਰ੍ਹਾਂ ਅਤੇ ਕਦੋਂ ਤੱਕ ਬਚਿਆ ਜਾ ਸਕਦਾ ਹੈ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਸ਼ਾਹਕੋਟ। Hello friends, my name is Pranay and I am a student and only 20 years old. BodyFab Medical Weight Loss Clinic join karne se pehle I was weighing around 106 kgs. After joining BodyFab, I have seen a drastic change. To slash down my weight to 85 kgs to lead a very healthy and active lifestyle. Right decision and join BodyFab Medical Weight Loss Clinic.